कल अमृतसर के बटाला रोड के एक तेज़दार रफ्तार नाल कार आई तो कार इस घर के टकरा गई। असं इस टाइम खड़े अमृतसर के बटाला रोड विखे जिथे की तस्वीर तुसी देख सकते हो कि एक तेज़दार रफ्तार के नाल एक कार जिहड़ी रात के करीब 9-10 बजे के करीब आउंदी है तो इस घर के टकरा जाती है। तो असीं तुहानूं कार के हालात भी दिखावांगे, लेकिन असीं तुहानूं घर के हालात दिखा रहे हाँ कि घर के जिहड़े ने कंध जिहड़ी टुट चुके थे, अंदर जिहड़ा खासा नुकसान तुसी देख सकते हो कि काफ़ी नुकसान जिहड़ा है वह है। असीं हुण तुहानूं कार दीआं जिहड़ीआं उह तस्वीरां भी दिखावांगे कि कार दे जिहड़े परखच्चे ने उड़ चुके ने। तो यह बोनट तुसी देख सकते हो जिहड़ा कि कार दे अग्गे लगा हुंदा है, बोनट टुट चुका है। तो कार दीआं जिहड़ीआं तस्वीरां ने असीं तुहानूं उह भी दिखावांगे। दस्सिया जा रहा है कि इस कार दे विच चार लोग मौजूद सन जदों ये हादसा होया। तो हादसा होण तों बाद इस दे अंदर जिहड़े चार लोग मौजूद सन वो उत्थों फरार हो जाते हैं। तो ये तस्वीर तुसी देख सकते हो कि कार के जिहड़े परखच्चे ने वो किस तरीके दे नाल उड़ चुके ने। तो परिवारिक मैंबरां दे किस तरीके दे हालात ने असीं वो भी तुहानूं दिखावांगे। तो किस तरीके दे नाल खौफ दा जिहड़ा माहौल है वो भी बनिया होया है, क्योंकि लगातार ड्रिंक एंड ड्राइव के जिहड़े केसिस ने वो लगातार इस तरीके दे सामने आते हैं। तो परिवारिक मैंबरां दे नाल भी असीं गलबात करन दी जरूर कोशिश करांगे। तो साढ़े नाल परिवारिक मैंबर जिहड़े ने मौजूद ने, गलबात करांगे। आंटी, आपका नाम क्या है? वीनू। तो कितने बजे की ये घटना है और हुआ क्या था? 9 बजे की गल है, 9:15 बजे जी अभी अंदर बैठे सी जी। सारे रोटी राटी खान डे सी जी। उस तो बाद बाहर गड्डी आई, आवाज आई, सानू खंभा टुटा, ओदी आवाज नाल धमाका होया। अभी जदों उठे हाँ कि एक्सीडेंट हो गया, उठन की देर है तो नाल ही दीवार साढ़े अंदर आ गई, सारा समान समून टुट गया, अभी बच्चे लैके बाहर भजी। ਤੁਸੀਂ ਐਸੇ ਐਸੇ ਕਮਰੇ ਦੇ ਅੰਦਰ ਸੀ? ਐਸੇ ਕਮਰੇ ਸੀ, ਸਾਰੇ ਪਰਿਵਾਰ ਹੈਗੇ ਸੀ। ਤਾਂ ਕਿੰਨੇ ਕਿੰਨੇ ਜਣੇ ਮੌਜੂਦ ਸੀ? 6 ਜਣੇ। 6 ਜਣੇ, ਹਾਂ। ਧੀ ਜਵਾਈ ਮੇਰਾ ਸੀਗਾ, 2 ਬੇਟੀਆਂ, ਇੱਕ ਭਾਈ, 2 ਜਣੇ, ਇੱਕ ਛੋਟਾ ਬੇਟਾ। ਤਾਂ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ? ਨਹੀਂ, ਕੋਈ ਬੱਚਿਆਂ ਦੇ ਕੋਈ ਨੁਕਸਾਨ ਨਹੀਂ ਹੋਇਆ, ਹੋਰ ਕੋਈ ਸਾਡਾ ਬਸ ਸਮਾਨ ਸਾਡਾ ਨੁਕਸਾਨ ਹੋਇਆ, ਟੁੱਟਿਆ ਵਾ। ਤਾਂ ਸਮਾਨ ਦਾ ਕਿੰਨਾ ਕੁ ਜ਼ਿਆਦਾ ਜਿਹੜਾ ਨੁਕਸਾਨ ਹੋਇਆ? ਸਮਾਨ ਦਾ ਹੁਣ ਅੰਦਾਜ਼ਾ ਆਪੇ ਦੇਖ ਕੇ ਪਤਾ ਲੱਗ ਹੀ ਜਾਊਗਾ, ਹੁਣ ਇੱਦਾਂ ਕਿੱਦਾਂ ਅੰਦਾਜ਼ਾ ਦੱਸਦਾ। ਸਮਾਨ ਜਿਹੜਾ ਟੁੱਟਾ ਸਾਹਮਣੇ ਪਿਆ ਵਾ ਜੀ, ਠੀਕ ਆ। ਤਾਂ ਉਸ ਗੱਡੀ ਦੇ ਵਿੱਚ ਕਿੰਨੇ ਲੋਕ ਮੌਜੂਦ ਸਨ, ਕਿੰਨੇ ਪਰਸਨ ਸਨ? ਇਹ ਨਹੀਂ ਮੈਂ ਦੇਖਿਆ, ਬਾਹਰ 3 ਸੀਗੇ, 4 ਸੀਗੇ, 3 ਹੀ ਸੀਗੇ ਮੈਨੂੰ ਲੱਗਦਾ ਵਾ। ਅਸੀਂ ਬਾਹਰ ਜਦੋਂ ਤੱਕ ਮੈਂ ਬਾਹਰ ਹੀ ਖੜੀ ਸੀ, ਇੱਥੇ ਬਾਹਰ ਹੀ ਗੇਟ 'ਤੇ, ਅਤੇ ਅਸੀਂ ਤਾਂ ਆਪਣੇ ਪਰਿਵਾਰ ਬਚਾਉਣ 'ਤੇ ਦੌੜੇ। ਉਸ ਤੋਂ ਬਾਅਦ ਸਾਰਾ ਗਲੀ ਮਹੱਲਾ ਇਕੱਠਾ ਹੋ ਗਿਆ, ਉਹ ਹੀ ਨਹੀਂ ਸਾਨੂੰ ਪਤਾ ਲੱਗਾ ਕੀ ਹੋਣ ਡਿਆ। ਫਿਰ ਉਸ ਤੋਂ ਬਾਅਦ ਤਾਂ ਉਹ ਜਿਹੜੇ ਪਰਸਨ ਸਨ ਜਿਹੜੇ ਗੱਡੀ ਦੇ ਵਿੱਚ ਬੈਠੇ ਸਨ, ਕੀ ਉਹ ਉਹਨਾਂ ਨੂੰ ਅਰੈਸਟ ਕਰਵਾ ਦਿੱਤਾ ਗਿਆ? ਨਹੀਂ, ਉਹ ਹਾਲੇ ਅਰੈਸਟ ਘਰ ਹੀ ਹੈਗੇ। ਉਸ ਵੇਲੇ ਕਿੱਥੇ ਗਏ ਸੀ ਜਦੋਂ ਪਰਸਨ ਗੱਡੀ ਦੇ ਵਿੱਚੋਂ ਨਿਕਲੇ ਨੇ, ਜਿਹੜੇ ਅੰਦਰ ਬੈਠੇ ਹੋਏ ਸੀ? ਇੱਥੇ ਸੀਗੇ। ਤੁਸੀਂ ਦੇਖਿਆ ਉਹਨਾਂ ਨੂੰ? ਹਾਂ, ਮੈਂ ਅਸੀਂ ਦੇਖਿਆ, ਬਾਹਰ ਨਿਕਲੇ ਜਦੋਂ ਅਸੀਂ ਦੇਖਿਆ। ਉਸ ਤੋਂ ਬਾਅਦ ਭੀੜ ਭਾੜ ਲੱਗ ਗਈ, ਮੈਂ ਆਪਣੇ ਬੱਚੇ ਲੈ ਕੇ ਅੰਦਰ ਆ ਗਈ, ਮੁੜ ਕੇ ਬਾਹਰ ਨਿਕਲੀ ਨਹੀਂ, ਅਸੀਂ ਆਪਣੇ ਬੱਚੇ ਵੇਖਣ ਲੱਗੇ, ਆਪੇ ਘਬਰਾ ਗਏ। ਤਾਂ ਕਿਸੇ ਨੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਡਰਿੰਕ ਤਾਂ ਨਹੀਂ ਕੀਤੀ? ਕਿ ਉਹਨਾਂ ਨੇ ਡਰਿੰਕ ਵਗੈਰਾ ਕੁਛ ਕੀਤਾ ਸੀ? ਉਹਨਾਂ ਕੋਈ ਸ਼ਰਾਬ ਵਗੈਰਾ ਪੀਤੀ ਸੀ? ਹਾਂ, ਇਹ ਤਾਂ ਕੀਤਾ ਸੀ, ਇਹ ਤਾਂ ਸਾਰੇ ਕਹਿੰਦੇ ਕੀਤਾ ਸੀ, ਅਸੀਂ ਵੇਖਿਆ ਜਦੋਂ ਬਾਹਰ ਨਿਕਲੇ। ਤਾਂ ਬਿਲਕੁਲ ਇਹ ਸਨ ਪਰਿਵਾਰਿਕ ਮੈਂਬਰ ਜਿਨ੍ਹਾਂ ਦਾ ਕਹਿਣਾ ਹੈ ਕਿ 3 ਤੋਂ 4 ਜਿਹੜੇ ਵਿਅਕਤੀ ਸਨ ਇਸ ਕਾਰ ਦੇ ਵਿੱਚ ਮੌਜੂਦ ਸਨ। ਤਾਂ ਜਿਨ੍ਹਾਂ ਵੱਲੋਂ ਇਹ ਕਾਰ ਜਿਹੜੀ ਉਹਨਾਂ ਵੱਲੋਂ ਡਰਿੰਕ ਵੀ ਕੀਤੀ ਗਈ ਸੀ, ਤਾਂ ਰਾਤ ਦੇ ਕਰੀਬ 9-10 ਵਜੇ ਦੇ ਕਰੀਬ ਇਹ ਕਾਰ ਤੇਜ਼ ਰਫ਼ਤਾਰ ਦੇ ਨਾਲ ਆਉਂਦੀ ਹੈ ਅਤੇ ਇਸ ਘਰ ਦੇ ਵਿੱਚ ਟਕਰਾ ਜਾਂਦੀ ਹੈ। ਫਿਲਹਾਲ ਇਸ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀਆਂ ਦਾ ਕੀ ਕਹਿਣਾ ਸੀ, ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਸਾਡੇ ਨਾਲ ਇਸ ਸਮੇਂ ਵਿਜੇਨਗਰ ਚੌਂਕੀ ਦੇ ਇੰਚਾਰਜ ਗੁਰਜੀਤ ਸਿੰਘ ਜੀ ਮੌਜੂਦ ਨੇ, ਗੱਲਬਾਤ ਕਰਾਂਗੇ। ਸਰ, ਪੂਰਾ ਮਾਮਲਾ ਕੀ ਸੀ ਅਤੇ ਕਿੰਨੇ ਵਜੇ ਦੀ ਘਟਨਾ ਸਰ ਜਿਹੜੀ ਗੱਡੀ ਵੱਜੀ ਹੈ? ਇਹ ਕੱਲ੍ਹ ਵਾਕਿਆ ਕਰੀਬ 9:15 ਰਾਤ ਦੀ ਗੱਲ ਹੈ। ਇੱਕ XUV ਗੱਡੀ ਵਾਈਟ ਕਲਰ ਦੀ, ਉਹ ਸੈਲੀਬ੍ਰੇਸ਼ਨ ਵਾਲੀ ਸਾਈਡ ਤੋਂ ਵੇਰਕਾ ਬਾਈਪਾਸ ਨੂੰ ਜਾ ਰਹੀ ਸੀ। HP ਪੈਟਰੋਲ ਪੰਪ ਦੇ ਸਾਹਮਣੇ ਕੋਈ ਅਨਬੈਲੈਂਸ ਹੋ ਕੇ ਇੱਕ ਫੁੱਟਪਾਥ 'ਤੇ ਪੋਲ ਨਾਲ ਟਕਰਾ ਕੇ ਇੱਕ ਫੈਕਟਰੀ ਵਾਲੀ ਦੁਆਰ ਦੇ ਨਾਲ ਵੱਜ ਗਈ, ਜਿਹਦੇ ਨਾਲ ਦੁਆਰ ਦਾ ਵੀ ਕਾਫੀ ਨੁਕਸਾਨ ਹੋਇਆ ਅਤੇ ਗੱਡੀ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ। ਤਾਂ ਸਰ, ਘਰ ਦੇ ਵਿੱਚ ਕਿੰਨੇ ਪਰਸਨ ਸੀ ਔਰ ਕੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ? ਘਰ ਦੇ 6 ਪਰਸਨ ਹੈਗੇ ਸੀ, ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਤਾਂ ਸਰ, ਦੱਸਿਆ ਜਾ ਰਿਹਾ ਕਿ ਉਹਨਾਂ ਲੜਕਿਆਂ ਨੇ ਕੋਈ ਸ਼ਰਾਬ ਵਗੈਰਾ ਕੋਈ ਪੀਤੀ ਸੀ, ਡਰਿੰਕ ਕੀਤੀ ਸੀ, ਪਤਾ ਲੱਗਾ? ਪਰ ਮੌਕੇ ਤੋਂ ਫਰਾਰ ਨੇ ਸਾਰੇ ਲੜਕੇ, ਜੋ ਵੀ ਹੈ ਇਸ ਸੰਬੰਧੀ ਤਸਦੀਕ ਕਰਾਂਗੇ, ਜੇ ਕੋਈ ਇਹੋ ਜਿਹੀ ਗੱਲ ਹੋਈ ਉਹਦੇ ਮੁਤਾਬਕ ਵੀ ਕਾਰਵਾਈ ਕੀਤੀ ਹੈ। ਸਰ, ਪਤਾ ਲੱਗਾ ਜੀ ਉਹ ਕਿੱਥੋਂ ਦੇ ਰਹਿਣ ਵਾਲੇ ਸੀ ਅਤੇ ਕਿੰਨੇ ਲੜਕੇ ਸੀ ਜਿਹੜੇ ਆਏ? ਉਹਦੇ ਬਾਰੇ ਪਤਾ ਕਰ ਰਹੇ ਹਾਂ, ਮੌਕੇ ਤੋਂ ਫਰਾਰ ਨੇ, ਕੌਣ ਗੱਡੀ ਚਲਾ ਰਿਹਾ ਸੀ, ਸ਼ਾਇਦ ਕਸ਼ਮੀਰ ਹੈ ਉਦੋਂ। ਬਿਲਕੁਲ, ਗੱਡੀ ਨਵੀਂ ਹੈ ਸਰ? ਬ੍ਰਾਂਡ ਨਿਊ ਗੱਡੀ।
ਤਾਂ ਫਰਦਰ ਇਨਵੈਸਟੀਗੇਸ਼ਨ ਹੁਣ ਜਿਹੜੀ ਆ ਉਹ ਕੀ ਕੀਤੀ ਜਾ ਰਹੀ ਹੈ? ਦੱਸੋ ਗੱਡੀ ਦੇ ਵਿੱਚ ਜਿਹੜਾ ਗੱਡੀ ਡਰਾਈਵਿੰਗ ਕਰ ਰਿਹਾ ਸੀ ਜੋ ਵੀ ਆ ਉਹਦੇ ਬਾਰੇ ਪਤਾ ਲਾ ਰਹੇ ਹਾਂ ਅਤੇ ਅਗੇਨੈਸਟ ਜੋ ਵੀ ਜਿਹਦਾ ਜੋ ਰੋਲ ਹੋਏਗਾ ਉਹਦੇ ਮੁਤਾਬਕ ਕਰੇਗੀ। ਸਰ ਕੋਈ ਸੀ ਸੀ ਟੀ ਵੀ ਫੁਟੇਜ ਜਿਹੜੀ ਕੋਈ ਸਾਹਮਣੇ ਆਈ ਹੈ ਇਸ ਤਰੀਕੇ ਦੀ? ਨਹੀਂ, ਸੀ ਸੀ ਟੀ ਵੀ ਕੋਈ ਨਹੀਂ ਹੈਗੀ ਉਹਦੀ। ਤਾਂ ਬਿਲਕੁਲ ਇਹ ਸਨ ਐਸ ਆਈ ਗੁਰਜੀਤ ਸਿੰਘ ਜੀ ਨਾਲ ਦੱਸਿਆ ਗਿਆ ਹੈ ਕਿ ਫਿਲਹਾਲ ਤਫਤੀਸ਼ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਵੇਖਿਆ ਜਾ ਰਿਹਾ ਕਿ ਕਿੰਨੇ ਪਰਸਨ ਜਿਹੜੀ ਕਿ ਦੱਸਿਆ ਜਾ ਰਿਹਾ ਕਿ 3 ਪਰਸਨ ਜਿਹੜੇ ਗੱਡੀ ਦੇ ਵਿੱਚ ਬੈਠੇ ਹੋਏ ਸਨ ਤਾਂ ਜਿਨ੍ਹਾਂ ਵੱਲੋਂ ਤੇਜ਼ ਰਫ਼ਤਾਰ ਨਾਲ ਇਹ ਗੱਡੀ ਜਿਹੜੀ ਚਲਾਈ ਜਾ ਰਹੀ ਸੀ ਐਕਸ ਯੂ ਵੀ ਗੱਡੀ ਸੀ ਤਾਂ ਰਾਤ ਦੇ ਕਰੀਬ 9 ਤੋਂ 10 ਵਜੇ ਦੇ ਕਰੀਬ ਇਹ ਗੱਡੀ ਜਿਹੜੀ ਹੈ ਇੱਕ ਘਰ ਦੇ ਵਿੱਚ ਟਕਰਾ ਜਾਂਦੀ ਹੈ ਤਾਂ ਜਾਨੀ ਨੁਕਸਾਨ ਤਾਂ ਕੋਈ ਨਹੀਂ ਹੋਇਆ ਲੇਕਿਨ ਮਾਲੀ ਨੁਕਸਾਨ ਕਾਫੀ ਹੋਇਆ ਤਾਂ ਜਿਸ ਦੇ ਕਰਕੇ ਹੁਣ ਇਨਵੈਸਟੀਗੇਸ਼ਨ ਇਹਨਾਂ ਵੱਲੋਂ ਕੀਤੀ ਜਾ ਰਹੀ ਹੈ ਅਤੇ ਇਹਨਾਂ ਦਾ ਕਹਿਣਾ ਹੈ ਕਿ ਜਲਦ ਹੀ ਜਿਹੜੇ ਲੜਕੇ ਨੇ ਉਹਨਾਂ ਨੂੰ ਲੱਭ ਲਿੱਤਾ ਜਾਏਗਾ। ਵੀਡੀਓ ਜਰਨਲਿਸਟ ਮਨੋਜ ਭਗਤ ਦੇ ਨਾਲ ਵਿਸ਼ਾਲ ਸ਼ਰਮਾ, ਲਾਈਵ ਭਾਰਤ, ਅੰਮ੍ਰਿਤਸਰ।